ਇਹ ਟਰੈਕਟਰ ਜੀ ਸਾਡੀ ਨੌਲੇਜ ਦੇ ਹਿਸਾਬ ਨਾਲ ਇੰਡੀਆ 'ਚ ਇੱਕੋ ਹੀ ਟਰੈਕਟਰ ਹੈ ਜੀ। ਸਾਨੂੰ ਹਜੇ ਤੱਕ ਦੂਸਰਾ ਟਰੇਸ ਨਹੀਂ ਹੋਇਆ ਹੈਗਾ। ਹਾਂਜੀ, ਬਾਹਰ ਇੰਗਲੈਂਡ ਦੇ ਵਿੱਚ ਕਾਫੀ ਟਰੈਕਟਰ ਹੈਗੇ, ਇਹਨੂੰ ਇੰਡਸਟਰੀਅਲ ਮਾਡਲ ਕਹਿੰਦੇ ਜੀ। ਅੱਛਾ ਜੀ, ਇਹ ਇੰਡਸਟਰੀਅਲ ਮਾਡਲ ਹੈ, ਟੋਟਲੀ ਇੰਗਲੈਂਡ ਤੋਂ ਆਇਆ ਜੀ, ਇੰਪੋਰਟ ਹੋਇਆ ਸੀ ਮੈਸੀ ਕੰਪਨੀ 'ਚ R&D 'ਚ। ਅੱਛਾ ਜੀ, ਉਹਦੇ ਤੋਂ ਆਕਸ਼ਨ ਹੋ ਕੇ ਇਹ ਟਰੈਕਟਰ ਆਏ ਆ। ਕਰੀਬ 3 ਜਾਂ 4 ਟਰੈਕਟਰ ਇੰਡੀਆ 'ਚ ਇਹਨਾਂ ਤੋਂ, ਬਾਕੀ ਲੋਕਾਂ ਨੇ 165 ਤੋਂ 185 ਬਣਾ ਦਿੱਤੇ। ਅੱਛਾ ਜੀ, ਵੀ ਇਹ ਓਰੀਜਨਲ ਦੀ ਨਿਸ਼ਾਨੀ ਇਹ ਹੈ ਇਸਦੀ, ਮਿਸਤਰੀ ਲੋਕ ਇਹਨੂੰ ਪੁੱਠੀ ਲੈਫਟ ਵਾਲਾ ਕਹਿੰਦੇ ਆ। ਅੱਛਾ ਜੀ, ਅੱਗੇ ਨੂੰ ਉਲਟ ਕੰਮ ਕਰਦਾ ਵਾ, ਠੀਕ ਹੈ, ਕੰਟਰੋਲ ਵੀ ਹੈ, ਸਲੋ ਫਾਸਟ ਵੀ ਉੱਥੋਂ ਹੁੰਦਾ। ਹਾਂਜੀ ਦੋਸਤੋ, ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਿੰਡ ਖੜੇ ਹਾਂ ਜੀ ਝੋਰੜ ਮਲੋਟ ਦੇ ਨੇੜੇ, ਜਿੱਥੇ ਕਿ ਤੁਹਾਨੂੰ ਮੈਸੀ ਟਰੈਕਟਰਾਂ ਦੀ ਇੱਕ ਲੜੀ ਦਿਖਾਵਾਂਗੇ, ਅਤੇ ਨਾਲ ਆਪਣੇ ਹੋਣਗੇ ਬਾਈ ਜੀ ਬਲਰਾਜ ਸਿੰਘ ਜੀ ਝੋੜ, ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਟਰੈਕਟਰਾਂ ਬਾਰੇ। ਅਤੇ ਤੁਹਾਨੂੰ ਅੱਜ ਨਾ ਇਹਨਾਂ ਟਰੈਕਟਰਾਂ ਬਾਰੇ ਗੱਲਬਾਤ ਦੇ ਵਿੱਚ ਇਹ ਦੱਸਣਾ ਕਿ ਇਸ ਟਰੈਕਟਰ ਦੇ ਵਿੱਚ ਖਾਸੀਅਤਾਂ ਕੀ ਸੀ, ਕਿਉਂਕਿ ਝੋੜਾਂ ਵਾਲੇ ਬਾਈ ਜੀ ਹੁਣੀ ਇਹ ਤਕਰੀਬਨ 70 ਸਾਲ ਤੋਂ ਮੈਸੀ ਟਰੈਕਟਰ ਕਹਿ ਲਓ ਜਾਂ ਹੋਰ ਟਰੈਕਟਰ ਵੀ ਖਰੀਦ ਰਹੇ ਆ, ਅਤੇ ਪੁਰਾਣੇ ਟਰੈਕਟਰ ਜਿੰਨੇ ਵੀ ਇਹਨਾਂ ਦੇ ਕੋਲੋਂ ਹੀ ਹੋ ਕੇ ਗਏ ਹੋਏ ਆ, ਤਕਰੀਬਨ ਹੀ ਬੜੇ ਟਰੈਕਟਰ ਜਿਹੜੇ ਆ ਇਹਨਾਂ ਕੋਲੋਂ ਹੋ ਕੇ ਗਏ ਹੋਏ ਆ। ਅੱਗੇ ਜਿੰਨੇ ਵੀ ਤੁਸੀਂ ਪੁਰਾਣੇ ਟਰੈਕਟਰਾਂ ਦੀਆਂ ਵੀਡੀਓਜ਼ ਦੇਖਦੇ ਹੋ, ਉਹ ਸਾਰੀਆਂ ਜ਼ਿਆਦਾਤਰ ਟਰੈਕਟਰ ਵਿੱਚੋਂ ਇੱਥੋਂ ਹੀ ਹੋ ਕੇ ਗਏ ਹੋਏ ਆ, ਜਾਂ ਬਾਈ ਉਹਨਾਂ ਨੇ ਖਰੀਦ ਕੇ ਦਿੱਤੇ ਕਿਸੇ ਨੂੰ, ਜਾਂ ਦਵਾਏ ਹੋਏ ਆ। ਅਤੇ ਕਰਦੇ ਆਪਾਂ ਬਾਈ ਉਹਨਾਂ ਦਾ, ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਅਤੇ ਬਾਈ ਜੀ, ਆਪਾਂ ਸਭ ਤੋਂ ਪਹਿਲਾਂ 375 ਮੈਸੀ ਜੀ, ਇਹਦੇ ਬਾਰੇ ਦੱਸੋ ਜੀ। ਇਹ ਟੋਟਲੀ ਇੰਗਲੈਂਡ ਤੋਂ ਆਇਆ ਜੀ, ਇੰਪੋਰਟ ਹੋਇਆ ਸੀ ਮੈਸੀ ਕੰਪਨੀ 'ਚ R&D 'ਚ। ਅੱਛਾ ਜੀ, ਉਹਦੇ ਤੋਂ ਆਕਸ਼ਨ ਹੋ ਕੇ ਇਹ ਟਰੈਕਟਰ ਆਏ ਆ, ਕਰੀਬ 3 ਜਾਂ 4 ਟਰੈਕਟਰ ਇੰਡੀਆ 'ਚ। ਅੱਛਾ ਜੀ, ਠੀਕ ਹੈ ਜੀ। ਅਤੇ ਆਪਾਂ ਹੁਣ ਤੁਸੀਂ ਜਿਵੇਂ ਕਹਿੰਦੇ ਵੀ ਖੇਤੀ ਦਾ ਕੰਮ ਤਾਂ ਉਹਦੀ ਛੱਡਤਾ ਨਾ, ਪਰ ਟਰੈਕਟਰ ਹਜੇ ਵੀ ਰੱਖੇ ਹੋਏ ਆ, 6-7 ਟਰੈਕਟਰ ਹੈਗੇ ਤੁਹਾਡੇ ਕੋਲ, ਹੈ ਨਾ ਜੀ? ਇਹ ਬਸ ਸ਼ੌਂਕ ਨੂੰ ਹੀ ਰੱਖੇ ਹੋਏ ਆ ਜੀ? ਬਸ ਸ਼ੌਂਕ ਆ ਜੀ, ਵਿਰਾਸਤ ਆ, ਇਹਨਾਂ ਤੋਂ ਸਿੱਖਿਆ ਕੰਮ, ਇਹਨਾਂ ਤੋਂ ਕੰਮ ਕਰਦੇ ਰਹੇ, ਕੱਲ੍ਹ ਨੂੰ ਖੇਤੀ ਕਰਨੀ ਵੀ ਪੈ ਸਕਦੀ ਹੈ। ਬਿਲਕੁਲ ਜੀ। ਅਤੇ ਟਰੈਕਟਰ ਤਾਂ ਮੇਰੇ 4-5 ਉੱਤੇ ਸ਼ਹਿਰ ਵੀ ਖੜੇ, 11-12 ਟਰੈਕਟਰ ਆ ਜੀ। ਅੱਛਾ ਜੀ, 12 ਟਰੈਕਟਰ ਹੈਗੇ ਆ। 135 ਮੈਸੀ ਖੜਾ ਜੀ, 245 ਖੜਾ ਉੱਥੇ ਇੰਗਲੈਂਡ ਵਾਲਾ। ਅੱਛਾ ਜੀ, ਅਤੇ ਉੱਥੇ ਟਰੈਕਟਰ ਖੜੇ ਹੋਏ ਤਿਆਰ, ਉਹ ਰੰਗ ਰੁੰਗ ਕਰੀ ਜਾਂਦੇ ਆ। ਠੀਕ, ਇਹ ਕਿਹੜਾ ਮਾਡਲ ਟਰੈਕਟਰ ਹੈ ਜੀ? ਇਹ ਕਰੀਬ ਹੈਗਾ ਜੀ 96-97 ਮਾਡਲ ਹੈ। ਠੀਕ ਹੈ ਜੀ, ਅਤੇ ਇਹ ਫਿਰ ਇੱਥੇ ਤੱਕ ਤੁਸੀਂ ਕਹਿੰਦੇ 2-4 ਟਰੈਕਟਰ ਹੀ ਹੈ, ਹੈ ਨਾ ਜੀ? ਇਹ ਮੈਸੀ ਕੰਪਨੀ ਕੋਲ ਆਏ ਸੀਗੇ, ਉਹਨਾਂ ਨੇ 97-98 'ਚ ਮੈਸੀ 375 ਸਿੰਪਲ ਟਰੈਕਟਰ ਜਿਹੜਾ ਸਾਦਾ ਸੀਗਾ, ਹਾਂਜੀ, ਇਕਨੋਮੀਕਲ ਜਿਹਨੂੰ ET ਕਹਿੰਦੇ ਆ, ਇਕਨੋਮੀਕਲ ਟਰੈਕਟਰ, ਹਾਂਜੀ, ਉਹ ਲਾਂਚ ਕੀਤਾ ਸੀਗਾ। ਅਤੇ ਇਹ R&D 'ਚ ਉਦੋਂ ਇੰਗਲੈਂਡ ਕੋਲੋਂ, ਇੰਗਲੈਂਡ ਵਾਲੇ ਪਲਾਂਟ 'ਚ ਇਹਨਾਂ ਕੋਲ ਆਏ ਸੀਗੇ। ਅਤੇ ਇਹਦੇ ਵਿੱਚ ਖਾਸੀਅਤ ਕੀ ਹੈ ਜੀ, ਇਹਦੇ ਥੋੜ੍ਹਾ ਜਿਹਾ ਦੱਸ ਦਿਓ ਇਹਦੇ ਪ੍ਰੋਗਰਾਮ ਬਾਰੇ ਵੀ। ਪਲੈਟਫਾਰਮ ਸਿਸਟਮ ਆ, ਮਤਲਬ ਕਿ ਪੈਰਾਂ ਨੂੰ ਸੇਕ ਵਗੈਰਾ ਨਹੀਂ ਲੱਗਦਾ ਹੈਗਾ। ਅੱਛਾ ਜੀ, ਇੱਕ ਇਹਦੇ 4 ਪੁਆਇੰਟ ਦਾ ਡਿਸਟ੍ਰੀਬਿਊਟਰ ਆ, ਜਿਵੇਂ ਅੱਜ ਕੱਲ੍ਹ ਇੰਪਲੀਮੈਂਟ ਨੂੰ ਜ਼ਰੂਰਤ ਪੈਂਦੀ ਹੈ। ਠੀਕ ਹੈ ਜੀ, ਅਤੇ ਇਹਦੇ ਸੈਲਫ ਐਡਜਸਟਿੰਗ ਬ੍ਰੇਕ ਹੈ ਜੀ। ਅੱਛਾ ਜੀ, ਹਾਂ, ਹਾਈਡ੍ਰੋਲਿਕ ਹੈ, ਸੈਲਫ ਐਡਜਸਟਿੰਗ ਹੈ। ਠੀਕ ਹੈ ਜੀ, ਅਤੇ ਪਾਵਰ ਸਟੀਅਰਿੰਗ ਹੈਗਾ ਇਹਦੇ 'ਚ ਜੀ। ਹਾਂਜੀ, ਅਤੇ ਡੀਜ਼ਲ ਟੈਂਕ ਇਹਦਾ ਫਰੰਟ 'ਤੇ ਹੈ। ਅੱਛਾ, ਫਰੰਟ 'ਤੇ ਡੀਜ਼ਲ ਟੈਂਕ ਹੈ ਇਹਦਾ, ਠੀਕ ਹੈ ਜੀ। ਮੈਸੀ ਟਰੈਕਟਰ ਦੇ ਵਿੱਚ ਬੋਨਟ ਨਹੀਂ ਖੁੱਲਦਾ ਹੁੰਦਾ, ਇਹਦਾ ਸਾਈਡ ਤੋਂ ਬੋਨਟ ਖੁੱਲਦਾ। ਹਾਂਜੀ ਹਾਂਜੀ ਹਾਂਜੀ, ਅਤੇ ਇਹਦਾ ਪੰਪ ਜਿਹੜਾ ਇਹ ਕਿਹੜਾ ਜੀ? ਇਹ ਰੋਟਰ ਪੰਪ ਹੈ ਡੈਲਫੀ ਕੰਪਨੀ ਦਾ, ਮਤਲਬ ਕਿ ਪਹਿਲਾਂ ਮਤਲਬ ਕਿ CAV ਦਾ ਹੁੰਦਾ ਸੀ, ਅੱਜ ਕੱਲ੍ਹ ਟੇਕ ਓਵਰ ਕਰ ਲਿਆ ਡੈਲਫੀ ਨੇ। ਅੱਛਾ ਜੀ, ਅਤੇ ਇਹ ਰੋਟਰ ਪੰਪ ਮੈਸੀ 'ਚ ਜ਼ਿਆਦਾ ਰੋਟਰ ਪੰਪ ਹੀ ਆਉਂਦੇ। ਠੀਕ ਹੈ ਜੀ, ਠੀਕ ਹੈ। ਅਤੇ ਡੀਜ਼ਲ ਟੈਂਕ ਇਹਦਾ ਕਿੰਨੇ ਲੀਟਰ ਦਾ ਜੀ? ਡੀਜ਼ਲ ਟੈਂਕ ਕਰੀਬ ਅਰਾਊਂਡ ਅਬਾਊਟ 100 ਲੀਟਰ ਦਾ ਟੈਂਕ ਹੈਗਾ ਜੀ। ਅੱਛਾ ਜੀ, ਅਤੇ ਪਰਫੋਰਮੈਂਸ ਤਾਂ ਤੁਸੀਂ ਫਿਰ ਚੈੱਕ ਕੀਤੀ ਹੋਊਗੀ ਇਹਦੀ, ਕਿਉਂਕਿ ਕਾਫੀ ਟਾਈਮ ਦਾ ਤੁਹਾਡੇ ਕੋਲ, ਹੈ ਨਾ ਜੀ? ਇਹ ਤਾਂ ਪਰਫੋਰਮੈਂਸ ਜਿਵੇਂ ਜੀ ਹੁਣ 24 ਤਵੀਆਂ ਜਾਂ ਇੰਨੇ, ਮਤਲਬ ਕਿ 17 ਕਲਟੀਵੇਟਰ ਆ, ਅਤੇ ਇਹਦਾ 9 ਕੁ ਲੀਟਰ ਦੇ ਲਗਭਗ 8.5-9 ਤੇ ਇਹਦਾ ਡੀਜ਼ਲ ਕੰਜ਼ਮਪਸ਼ਨ ਹੈ ਘੰਟੇ ਦਾ। ਅੱਛਾ ਜੀ, ਹਾਂ, ਘੜੀ ਦੇ ਹਿਸਾਬ ਨਾਲ, ਘੜੀ ਦੇ ਹਿਸਾਬ ਨਾਲ। ਜਿਹੜਾ ਡੀਜ਼ਲ ਟੈਂਕ ਇਹਦਾ ਲੋਹੇ ਦਾ ਜਾਂ ਇਹ ਪਲਾਸਟਿਕ ਦਾ ਜੀ? ਅੱਛਾ ਜੀ, ਆ ਵੀ ਉਹ ਪਲਾਸਟਿਕ ਦਾ, ਇਹਦੇ 'ਚ ਰਸਟ ਵਗੈਰਾ ਨਹੀਂ ਆਉਂਦੀ, ਅੱਜ ਕੱਲ੍ਹ ਕੰਪਨੀਆਂ ਜ਼ਿਆਦਾ ਪਲਾਸਟਿਕ ਦਾ ਹੀ ਦੇਣ ਲੱਗ ਪਈਆਂ। ਹਾਂਜੀ, ਅਤੇ ਟਾਇਰ ਇਹਦੇ ਕਿਹੜੇ ਸਾਈਜ਼ ਦੇ ਆ? ਟਾਇਰ ਇਹਦੇ 18-30 ਦੇ ਆ ਜੀ, ਰੇਡੀਅਲ ਟਾਇਰ ਜਿਹੜੇ ਕੰਪਨੀ ਨੇ। ਅੱਛਾ ਜੀ, ਠੀਕ ਹੈ। ਅਤੇ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ ਜੀ? ਇਹਦੇ ਵਿੱਚ ਮਤਲਬ ਕਿ ਆ ਡਿਸਟ੍ਰੀਬਿਊਟਰ ਆ 4 ਪੁਆਇੰਟ ਵਾਲਾ ਜੀ। ਹਾਂਜੀ, ਅਤੇ ਆ ਸੇਫਟੀ ਬਾਰ ਤਾਂ ਅੱਜ ਕੱਲ੍ਹ ਇੰਡੀਆ 'ਚ ਵੀ ਆਉਣ ਲੱਗ ਗਿਆ, ਆਮ ਆਉਣ ਲੱਗ ਗਿਆ, ਹੈ ਨਾ ਜੀ? ਪਲੈਟਫਾਰਮ ਟਾਈਪ ਹੈਗਾ। ਹਾਂਜੀ, ਅਤੇ ਆ ਟਰੋਲੀ ਹੁੱਕ ਵੀ ਇਹਦੇ ਨਾਲ ਹੀ, ਹਿੱਚ ਜੀ ਨੂੰ ਕਹਿ ਦਿੰਦੇ ਆਪਾਂ, ਇਹ ਵੀ ਨਾਲ ਹੀ ਆਈ ਵੀ ਹੈ। ਹਾਂਜੀ ਹਾਂਜੀ, ਅਤੇ ਇਸ ਤੋਂ ਅੱਗੇ ਆ ਗਿਆ ਜੀ 240 ਦੇ ਨਾਲ ਦੀ ਨਾਲ। ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹਾਂਗਾ, ਕਿਉਂਕਿ ਤੁਹਾਡੇ ਕੋਲ ਜਿਹੜੇ ਟਰੈਕਟਰ ਆ, ਮੇਰੇ ਹਿਸਾਬ ਨਾਲ ਵੀ ਪੁਰਾਣੇ ਟਰੈਕਟਰ ਜਿੰਨੇ ਵੀ ਹੋ ਸਕਦਾ ਤੁਹਾਡੇ ਹੱਥਾਂ ਦੇ ਵਿੱਚ ਦੀ ਲੰਘ ਕੇ ਗਏ ਹੋਣਗੇ, ਹੈ ਨਾ ਜੀ? ਹਾਂਜੀ ਹਾਂਜੀ, ਜਿਹੜੇ 185 ਮੈਸੀ ਆਏ ਆ ਨਾ ਇੱਥੋਂ ਫਾਰਮ ਤੋਂ ਪਹਿਲਾਂ ਆਪਸ਼ਨ ਹੋਏ ਸੀ, ਉਹ ਵੀ
अपने को गए है हाँ जी हूँ 6600 काफ़ी ट्रैक्टर असी खरीदे थे गाँधी कोई जान पछाण वाले कोई रिश्तेदार हाँ जी जिमें जिमें कुछ चलाया साल तो सेल हो गए 76 भी लिया फोर 4000 भी रखे जी ठीक है जी वो सारे तकरीबन काफ़ी ट्रैक्टर सेल होके गए ठीक है जी ये कि मॉडल आई 240 ये 240 भी 96 के लगभग अच्छा ये भी R&D चो है मेसी को ठीक है जी तो किन्ने हॉर्स पावर है जी ये 45 हॉर्स पावर कर लो 45 हॉर्स पावर कैटागरी चाहते हैं ठीक है ਅਤੇ ਉਹੀ ਪੰਪ ਇਹਦੇ ਵੀ ਰੋਟਰ ਪੰਪ ਇਹਦੇ ਵੀ ਰੋਟਰ ਪੰਪ ਹੈ ਜੀ ਹਾਂਜੀ ਅਤੇ ਏਅਰ ਕਲੀਨਰ ਡਰਾਈ ਹੈਗਾ ਜੀ ਅਤੇ ਪਾਵਰ ਓਰੀਜਨਲ ਹੀ ਹੈ ਅਤੇ ਓਰੀਜਨਲ ਹੀ ਪਾਵਰ ਸਟੇਅਰਿੰਗ ਹੈ ਅੱਛਾ ਜੀ ਪਾਰਟ ਜਿਵੇਂ ਕੋਈ ਪਾਈਪ ਵਗੈਰਾ ਲੀਕ ਹੋ ਗਈ ਮੈਸੀ ਵਾਲੇ ਲੱਗਦੇ ਆ 241 ਵਾਲੇ ਅੱਛਾ ਜੀ ਸਮਾਨ 241 ਵਾਲਾ ਇਹ ਹੁੰਦਾ ਹੈ ਚੀ ਫਿੱਟ ਹਾਂਜੀ ਜੋ ਕੁਛ ਮਤਲਬ ਕੋਈ ਡੈਮੇਜ ਹੋ ਜਾਵੇ ਤਾਂ ਲੈ ਕੇ ਫਿਰ ਉਹ ਲਾਉਣਾ ਪੈਂਦਾ ਠੀਕ ਹੈ ਇਹਦੇ ਸਵਿੰਗ ਪੈਡਲ ਉੱਪਰੋਂ ਆਉਂਦੇ ਆ ਹਾਂਜੀ ਕੰਫਰਟ ਲਈ ਆਪਣੇ ਵੀ ਦੇਣ ਲੱਗ ਪਏ ਮੈਸੀ ਵਾਲੇ ਹਾਂਜੀ ਹਾਂਜੀ ਮੈਂ ਸੀਟਸ ਵਗੈਰਾ ਵੀ ਓਰੀਜਨਲ ਆ ਮੈਸੀ ਦੇ ਵਿੱਚ ਖਾਸੀਅਤ ਇਹ ਵੀ ਜਦੋਂ ਕਦੇ ਧੁੱਪ ਵਗੈਰਾ ਆਉਂਦੀ ਹੈ ਜਾਂ ਬਾਰਿਸ਼ ਹੁੰਦੀ ਹੈ ਉਹਨੂੰ ਸੀਟ ਨੂੰ ਤਾਂ ਚੱਕ ਦਿੰਦੇ ਅੱਛਾ ਜੀ ਵੀ ਪਾਣੀ ਨਾ ਲੱਗੇ ਪਾਣੀ ਨਾ ਲੱਗੇ ਉੱਥੇ ਵੀ ਹੋ ਜਾਂਦੀ ਹੈ ਠੀਕ ਹੈ ਥੱਲੇ ਰੱਖ ਲਈ ਹੈ ਅਤੇ ਤੁਸੀਂ ਜ਼ਿਆਦਾ ਹੁਣ ਮੈਸੀ ਹੀ ਰੱਖੇ ਹੋਏ ਆ ਜੀ ਕਿ ਸ਼ੁਰੂ ਤੋਂ ਮੈਸੀ ਰੱਖੇ ਹੋਏ ਆ ਜੀ ਸ਼ੁਰੂ ਤੋਂ ਮੈਸੀ ਵੱਲ ਜ਼ਿਆਦਾ ਝੁਕਾਅ ਸੀਗਾ ਜੀ ਅੱਛਾ ਜੀ ਅਤੇ ਫੋਰਡ ਵੀ ਹੈ ਜੀ ਫੋਰਡ ਅਤੇ ਮੈਸੀ 'ਚ ਅਸੀਂ ਮਤਲਬ ਕਿ ਸਾਨੂੰ ਚੋਇਸ ਆ ਸਾਡੀ ਠੀਕ ਹੈ ਜੀ ਇਹਦਾ ਸਟicker ਵੀ ਲੱਗਾ ਹੋਇਆ ਮੇਡ ਇਨ ਇੰਗਲੈਂਡ ਹੈ ਨਾ ਜੀ ਹਾਂ ਜੀ ਹਾਂ ਇਹ ਓਰੀਜਨਲ ਹੀ ਲੱਗਾ ਹੋਇਆ ਨਾ ਜੀ ਇਹ ਨਹੀਂ ਇਹ ਪੇਂਟ ਕਰਕੇ ਬਾਅਦ ਚ ਲਵਾਇਆ ਅੱਛਾ ਇਹ ਪੇਂਟ ਕਰ ਦਿੱਤਾ ਟਰੈਕਟਰ ਠੀਕ ਹੈ ਜੀ ਕਿ ਆ 185 ਮੈਸੀ ਇਹ ਮੇਰੇ ਹਿਸਾਬ ਨਾਲ ਲਿਮਟਿਡ ਜੇ ਪੀਸੀ ਹੈ ਜੀ ਹੈ ਨਾ ਹਾਂ ਇਹ ਲਿਮਟਿਡ ਹੈ ਟੋਟਲੀ ਓਰੀਜਨਲ ਹੈ ਜਿੰਨੇ ਕਾ 185 ਇੰਡੀਆ ਦੇ ਵਿੱਚ ਹੈ ਹਾਂ ਜੀ ਸ਼ਾਇਦ ਉਹਨਾਂ ਚੋਂ ਸਭ ਤੋਂ ਸਾਫਟ ਟਰੈਕਟਰ ਹੈ ਅੱਛਾ ਜੀ ਓਰੀਜਨਲ weight ਲੱਗੇ ਹੋਏ ਆ ਫਰੰਟ ਤੇ ਬਾਹਰਲੇ ਪਾਸੇ ਵੀ ਟਾਇਰ ਦੇ ਅੰਦਰ ਵੀ ਲੱਗੇ ਹੋਏ ਨੇ ਠੀਕ ਹੈ ਜੀ ਅਤੇ ਇਹ ਕਿੰਨੇ ਘੰਟੇ ਚੱਲ ਗਿਆ ਹੋਊਗਾ ਜੀ ਟਰੈਕਟਰ ਜੀ ਬਸ ਜੀ ਇੱਕ ਜੋੜੀ ਟਾਇਰਾਂ ਦੀ ਇਹਦੇ ਨੇ ਸਾਰੀ ਹੈ ਜੀ ਦੂਸਰੀ ਦਾ ਜੇ ਨਵੇਂ ਵਾਂਗ ਹੀ ਪਈ ਹੈ ਨਾ ਦੂਸਰੀ ਨਵੀਂ ਹੈ ਜੀ ਇਹਦੇ ਸਾਡੇ ਕੋਲ ਫੈਨ ਬੈਲਟ ਵੀ ਓਰੀਜਨਲ ਪਈ ਹੈ ਜੋ ਨਾਲ ਆਈ ਸੀ ਮੈਸੀ ਦੀ ਹੁਣ ਉਤਾਰ ਕੇ ਰੱਖਤੀ ਵੀ ਕੀ ਹੈ ਡੈਮੇਜ ਨਾ ਹੋ ਜੇ ਟਾਇਰ ਵੀ ਇਹਦੇ ਨਾਲ ਜਪਾਨ ਦੀ ਆਏ ਸੀ ਬ੍ਰਿਜ ਤੋਂ ਦੇ ਬਾਹਰ ਪਏ ਆ ਉਤਾਰ ਕੇ ਰੱਖੇ ਪਏ ਅੱਛਾ ਜੀ ਪਾਰਟਸ ਸਾਰੇ ਓਰੀਜਨਲ ਆ ਸਾਰੇ ਵਾਇਰਿੰਗ ਤੱਕ ਵੀ ਇਹਦੀ ਓਰੀਜਨਲ ਹੈ ਜੀ ਜੋ ਮਤਲਬ ਕਿ ਆ ਮੋਬਲ ਕੈਪ ਹੋ ਗਿਆ ਪਾਰਟਸ ਜਿੰਨਾ ਵਾਇਰਿੰਗ ਸੈਲਫ ਵਗੈਰਾ ਅਜੇ ਤੱਕ ਕੁਛ ਵੀ ਹਾਂਜੀ ਸਟਾਰਟਿੰਗ ਕੀ ਵੀ ਸਾਡੇ ਕੋਲ ਓਰੀਜਨਲ ਆ ਸ਼ੀਲਡ ਉਤਰੀ ਹੋਈ ਇੱਥੇ ਬੈਟਰੀ ਰੱਖੀ ਦੇ ਨਾ ਠੀਕ ਹੈ ਜੀ ਆ ਲਾਈਟਾਂ ਵਗੈਰਾ ਵੀ ਓਰੀਜਨਲ ਹੈ ਜੋ ਨਾਲ ਆਈਆਂ ਬਾਅਦ ਚ ਆਫਟਰ ਮਾਰਕੀਟ ਅੱਛਾ ਜੀ ਜੋ ਕੁਛ ਵੀ ਹੈ ਟੋਟਲੀ ਓਰੀਜਨਲ ਹੀ ਹੈਗਾ ਇਹਦਾ ਹੈ ਨਾ ਜੀ ਆ ਪਿੱਛੇ ਵੀ ਆ ਲਾਈਟਾਂ ਆਈਆਂ ਬਟਲਰ ਕੰਪਨੀ ਦੀਆਂ ਹੁੰਦੀਆਂ 135 ਜੀ ਇਹਦੇ ਚ ਵੀ ਆ ਰਿਫਲੈਕਟਰ ਵੀ ਠੀਕ ਹੈ ਜੀ ਇਹ ਵੀ ਇੰਗਲੈਂਡ ਦੀਆਂ ਬਟਲਸ ਇੰਗਲੈਂਡ ਹੈ ਨਾ ਜੀ ਹਾਂਜੀ ਤੇ ਇਹਦੀ ਇਹਦਾ ਕਿੰਨੇ ਹਾਰਸ ਪਾਵਰ ਚ ਸੀ ਇਹ ਟਰੈਕਟਰ ਹੈ ਤਕਰੀਬਨ ਹੈ ਜੀ 70-80 ਪਾਵਰ ਅੱਛਾ ਜੀ ਅਤੇ ਇਹਦੀ ਪਰਫੋਰਮੈਂਸ ਕਿਵੇਂ ਹੈ ਜੀ ਪਰਫੋਰਮੈਂਸ ਇਹਦੀ ਠੀਕ ਹੈ ਜੀ ਪਾਵਰ ਸਟੇਅਰਿੰਗ ਸੀਗਾ ਹਾਂਜੀ ਦੱਬਦਾ ਨਹੀਂ ਗਾ RPM ਨਹੀਂ ਡ੍ਰੌਪ ਕਰਦਾ ਗਾ ਪਾਵਰ ਸਟੇਅਰਿੰਗ ਇਹਦਾ ਅੱਧਾ ਮਕੈਨੀਕਲ ਹੈ ਨਾ ਜੀ ਹਾਂਜੀ ਹਾਂਜੀ ਪਾਵਰ ਅਸਿਸਟਡ ਹੈ ਅੱਛਾ ਜੀ ਪਾਵਰ ਅਸਿਸਟਡ ਕਹਾਂਗੇ ਮਤਲਬ ਕਿ ਮੈਨੂਅਲ ਸਟੇਅਰਿੰਗ ਵਿਦ ਪਾਵਰ ਅਸਿਸਟਡ ਠੀਕ ਹੈ ਜੀ ਹਾਂਜੀ ਇਸ ਤੋਂ ਕਲੀਨ ਸਾਫ ਕਰਨੀ ਇਹਦੇ ਖੁੱਲਦਾ ਦੀ 185 ਦੀ ਨਿਸ਼ਾਨੀ ਹੈ ਜੀ ਅੱਛਾ ਜੀ ਇੱਥੋਂ ਖੁੱਲਦਾ ਠੀਕ ਹੈ ਸਹੀ ਹੈ ਜੀ ਬਾਕੀ ਲੋਕਾਂ ਨੇ 165 ਤੋਂ 185 ਬਣਾਉਂਦੇ ਅੱਛਾ ਜੀ ਵੀ ਇਹ ਓਰੀਜਨਲ ਦੀ ਨਿਸ਼ਾਨੀ ਇਹ ਹੈ ਇਸਦੀ ਓਰੀਜਨਲ ਹੈ 185 ਚ ਖੁੱਲਦਾ ਸੀਗਾ ਠੀਕ ਹੈ ਜੀ ਬਿਲਕੁਲ ਇਹ ਆ ਡਾਇਮੋ ਵੀ ਓਰੀਜਨਲ ਲੱਗਿਆ ਹੋਇਆ ਜੀ ਠੀਕ ਹੈ ਆ ਪੰਪ ਹੋ ਗਿਆ ਸਟੀਅਰਿੰਗ ਦਾ ਹਾਈਡ੍ਰੋਲਿਕ ਹਾਂਜੀ ਇਧਰੋਂ ਕੰਪਲੀਟ ਹੈ ਸ਼ੀਟ ਲੱਗੀ ਵੀ ਹੋਵੇ ਹਾਂਜੀ ਹਾਂਜੀ ਲੀਵਰ ਵਗੈਰਾ ਲੈਫਟ ਇਹਨਾਂ 'ਚ 135 'ਚ 185 'ਚ ਆਮ ਮਤਲਬ ਕਿ ਗਾਂਹ ਨੂੰ ਚੱਕੀ ਦੀ ਆ ਹਾਂਜੀ ਹਾਂਜੀ ਮਿਸਤਰੀ ਲੋਕ ਇਹਨੂੰ ਪੁੱਠੀ ਲੈਫਟ ਵਾਲਾ ਕਹਿੰਦੇ ਆ ਅੱਛਾ ਜੀ ਅੱਗੇ ਨੂੰ ਇਹ ਉਲਟ ਕੰਮ ਕਰਦਾ ਵਾ ਠੀਕ ਹੈ ਕੰਟਰੋਲ ਵੀ ਹੈ ਸਲੋ ਫਾਸਟ ਵੀ ਉੱਥੋਂ ਹੁੰਦਾ ਹੈ ਅੱਛਾ ਜੀ ਆਗਜ਼ਿਲਰੀ ਵਾਲ ਨੂੰ ਉਧਰ ਮਤਲਬ ਡਿਸਟ੍ਰੀਬਿਊਟਰ ਨੂੰ ਪ੍ਰੈਸ਼ਰ ਜਾਂਦਾ ਹੈ ਤੁਸੀਂ ਇਹ ਡਿਸਟ੍ਰੀਬਿਊਟਰ ਅਲੱਗ ਲਗਾਇਆ ਤੁਸੀਂ ਕਿ ਨਾਲ MSC ਦਾ ਇਹ ਨਾਲ ਹੀ ਆਇਆ ਜੀ ਪਹਿਲਾਂ ਪੁਰਾਣਾ ਮਾਡਲ ਜਿਸ ਤਰ੍ਹਾਂ ਆਉਂਦਾ ਸੀ ਫਿਰ ਨਵਾਂ ਮਾਡਲ ਜੀ ਜਿਵੇਂ 375 ਹਾਂਜੀ ਤੇ ਆ ਆਪਣਾ ਵਾਜੀ ਝੋੜ ਨਰਮੇ ਦਾ ਅਸਲੀ ਹਾਂਜੀ ਹਾਂਜੀ ਝੋੜ ਨਰਮੇ ਦਾ ਸਾਡੇ ਮੇਰੇ ਦਾਦਾ ਜੀ ਨੇ ਬੀਜ ਤਿਆਰ ਕੀਤਾ ਜੀ ਝੋੜ ਨਰਮੇ ਦਾ ਬ੍ਰੀਡਰ ਆ ਸੀ ਝੋੜ ਨਰਮੇ ਦਾ ਜੀ ਅੱਛਾ ਜੀ ਚਲੋ ਹੁਣ ਤਾਂ ਨਰਮਾ ਹੁਣ ਅੜ ਗਿਆ ਬੀਟੀ ਤੇ ਠੀਕ ਹੈ ਜੀ ਤੇ ਇਸ ਤੋਂ ਅੱਗੇ ਆ ਗਿਆ ਜੀ ਮੈਸੀ 205 ਹਾਂਜੀ ਇਹ ਟਰੈਕਟਰ ਮੈਂ ਅੱਜ ਪਹਿਲੀ ਵਾਰੀ ਦੇਖਿਆ ਵਾ ਮੈਂ ਅੱਗੇ ਨਹੀਂ ਦੇਖਿਆ ਇਹ ਟਰੈਕਟਰ ਜੀ ਸਾਡੀ ਨੌਲੇਜ ਦੇ ਹਿਸਾਬ ਨਾਲ ਇੰਡੀਆ ਚ ਇੱਕੋ ਟਰੈਕਟਰ ਹੈ ਜੀ
ਸਾਨੂੰ ਹਜੇ ਤੱਕ ਦੂਸਰਾ ਟਰੇਸ ਨਹੀਂ ਹੋਇਆਗਾ। ਹਾਂਜੀ, ਬਾਹਰ ਇੰਗਲੈਂਡ ਦੇ ਵਿੱਚ ਕਾਫੀ ਟਰੈਕਟਰ ਹੈਗੇ, ਇਹਨੂੰ ਇੰਡਸਟਰੀਅਲ ਮਾਡਲ ਕਹਿੰਦੇ ਆ। ਅੱਛਾ ਜੀ, ਇਹ ਇੰਡਸਟਰੀਅਲ ਮਾਡਲ ਹੈ ਅਤੇ ਬਾਹਰਲੇ ਫੋਰਨ ਕੰਟਰੀ ਜਾਂਦੇ ਇਹਦਾ ਲੋਡਰ ਵਗੈਰਾ ਲੱਗਦਾ ਸਾਰਾ ਹੈ ਜੀ, ਆਹ ਵੀ ਸੋਲਿਡ ਹੈ ਜੀ। ਅੱਛਾ ਜੀ, ਠੀਕ ਹੈ। ਅਤੇ ਇਹ 62 ਦੇ ਵਿੱਚ ਹੀ ਪਾਵਰ ਸਟੇਅਰਿੰਗ ਆਇਆ ਸੀ ਜੀ, ਹੁਣ ਅਸੀਂ ਉਤਾਰਤਾ, ਸਾਡੇ ਪਾਰਟਸ ਨਹੀਂ ਸੀ ਅਵੇਲੇਬਲ। ਅੱਛਾ ਜੀ, 62 ਦੇ ਵਿੱਚ ਪਾਵਰ, 62 ਦੇ ਵਿੱਚ ਪਾਵਰ ਸਟੇਅਰਿੰਗ ਸੀਗਾ ਜੀ। ਇਹ 62 ਦਾ ਆਪਣੇ ਕੋਲ ਕਦੋਂ ਦਾ ਆਇਆ ਹੋਇਆ ਟਰੈਕਟਰ? ਆਪਣੇ ਕੋਲ ਬਾਅਦ 'ਚ ਆਇਆ ਸੀਗਾ ਜੀ, 62 ਮੈਨੂਫੈਕਚਰਿੰਗ ਇਹਦੀ 62 ਦੀ ਹੈ, ਇਹਦਾ ਪੰਪ ਵੀ ਓਰੀਜਨਲ ਹੈ, ਕਰੈਂਕ ਵੀ ਸਟੈਂਡਰਡ 'ਤੇ। ਅੱਛਾ ਜੀ, ਸਾਰਾ ਸਮਾਨ ਮਤਲਬ ਇੱਥੇ ਆਲਮੋਸਟ ਸਾਈਲੈਂਸਰ ਜੀ? ਇਹ ਸਾਈਲੈਂਸਰ ਆਫਟਰ ਮਾਰਕੀਟ ਦਾ ਪਰ ਹੈ ਮੈਸੀ ਮਤਲਬ। ਠੀਕ ਹੈ ਜੀ, ਅਤੇ ਉਦੋਂ ਇਹ ਓਰੀਜਨਲ ਇੰਜੀ ਆਉਂਦੀ ਸੀ? ਇਹ ਕਨੋਪੀ ਓਰੀਜਨਲ ਮੈਸੀ ਦੀ ਹੈ ਜੀ। ਹਾਂਜੀ, ਪਰ ਇਹ ਸੀ ਇਹ 185 ਦੀ, ਅਸੀਂ 185 ਤੋਂ ਇਹਦੇ ਉਤਾਰ ਕੇ ਲਾ ਲਈ। ਠੀਕ ਹੈ ਜੀ, ਇੱਕ ਇਹਦੇ ਵਿੱਚ ਖਾਸ ਚੀਜ਼ ਆ ਲਾਈਟਾਂ ਜਿਹੜੀਆਂ ਜੀ, ਆ ਇਹ ਬਾਅਦ ਵਿੱਚ ਲਗਾਈਆਂ ਹੋਈਆਂ ਵਾ? ਨਹੀਂ, ਮੈਸੀ ਦੀਆਂ ਅੱਜ ਕੱਲ੍ਹ ਵੀ ਆ ਰਹੀਆਂ, ਇੰਡੀਆ ਦੇ ਵਿੱਚ ਇਹੀ ਲਾਈਟਾਂ ਆ ਰਹੀਆਂ ਜੀ। ਹਾਂਜੀ, ਮਤਲਬ ਇਹ ਹੁਣ ਵੀ ਕੰਪਨੀ ਦੇ ਰਹੀ ਆ, ਆਹ ਸੀਟ ਹੈਗੀ ਜੀ, ਮਤਲਬ ਇਹ ਓਰੀਜਨਲ ਹੈਗੀ। ਹਾਂਜੀ, ਜਦੋਂ ਆਪਾਂ ਕੋਈ ਬਾਰਿਸ਼ ਵਗੈਰਾ ਹੁੰਦੀ ਜਾਂ ਧੁੱਪੇ ਗਰਮ ਹੁੰਦੀ ਹੈ ਸੀਟ, ਮੈਸੀ ਵਾਲੀ ਦਿੱਤੀ ਵੀ ਇਹਨੂੰ ਉਲਟੀ ਕਰ ਲਿਓ। ਠੀਕ ਹੈ ਜੀ, ਕੋਈ ਉੱਤੋਂ ਗਿੱਲੀ ਹੋਣ ਦੀ ਬਾਰਿਸ਼, ਉਸ ਤੋਂ ਬਾਅਦ ਜੇ ਬੈਠਣਾ ਤਾਂ ਬੈਠ ਜਾਓ, ਕੰਮ ਵੀ ਕਰਨਾ ਲੈਫਟ 'ਤੇ ਸਹੀ। ਠੀਕ ਹੈ ਜੀ, ਅਤੇ ਇਹਦਾ ਮਗਰਲਾ ਹਿੱਸੇ ਬਾਰੇ ਥੋੜ੍ਹਾ ਜਿਹਾ ਦੱਸੋ ਜੀ, ਕਿਉਂਕਿ ਇਹਦਾ ਇਹਦਾ ਥੋੜ੍ਹਾ ਜਿਹਾ ਅਲੱਗ ਹੈ ਨਾ ਜੀ ਆਮ ਟਰੈਕਟਰਾਂ ਨਾਲੋਂ। ਹਾਂ, ਇਹ 'ਚ ਆਲਮੋਸਟ ਬ੍ਰੇਕ ਹੈ ਜੀ। ਅੱਛਾ ਜੀ, ਇਹ ਅੱਜ ਕੱਲ੍ਹ ਸਾਰੇ 375 ਜੀ ਉਹਨਾਂ ਦੇ ਸਾਰਿਆਂ 'ਚ ਆ ਰਿਹਾ, ਮਤਲਬ ਹੁਣ ਇਹਨਾਂ ਨੇ 200 241 ਵੀ ਦੇ ਤਾ ਟੈਫੇ ਨੇ। ਠੀਕ ਹੈ ਜੀ, ਹੋਕੇ ਦੀ ਆ ਉਹ ਨੀਚੇ ਵਾਲੀ ਓਰੀਜਨਲ ਹੋਕਾ ਜੀ। ਅੱਛਾ ਜੀ, ਇਹਨੂੰ ਸਵਿੰਗਿੰਗ ਡਰਾ ਬਾਰ ਕਹਿੰਦੇ ਜੀ, ਲਿੰਕਾਂ ਨਾਲ ਅਟੈਚ ਹੁੰਦੀ ਸੀਗੀ, ਉੱਪਰ ਨੀਚੇ ਹੁੰਦੀ ਸੀ, ਉਹ ਪਾਰਟਸ ਅਸੀਂ ਉਤਾਰੇ ਹੋਏ ਹੋਏ ਆ। ਓਕੇ, ਆਪਣੇ ਯੂਜ਼ ਨਹੀਂ ਹੁੰਦੇ ਇੰਡੀਆ 'ਚ, ਆਪਾਂ ਦੂਸਰੀ ਟਰਾਲੀ ਪਾਉਂਦੇ। ਠੀਕ ਹੈ ਜੀ, ਪੰਪ ਇਹਦਾ ਵੀ ਰੋਟਰ ਉਹੀ ਹੈ ਨਾ ਜੀ? ਰੋਟਰ ਹੀ ਓਰੀਜਨਲ ਹੈਗਾ, ਸਾਰਾ ਫਰੰਟ ਇਹਦਾ ਓਰੀਜਨਲ ਹੈ। ਅਤੇ ਇਹਨੂੰ ਥੋੜ੍ਹਾ ਆਪਾਂ ਸ਼ੋ ਖੋਲ੍ਹ ਕੇ ਵੀ ਦਿਖਾ ਦਈਏ ਜੀ, ਹੈ ਨਾ ਜੀ, ਜਿਵੇਂ ਤੁਸੀਂ ਦੱਸਦੇ ਸੀ ਇਹਦੇ ਪਾਰਟਸ ਕੁਝ ਓਰੀਜਨਲ ਹੀ ਹੈਗੇ ਆ ਵਿੱਚ, ਹੈ ਨਾ? ਠੀਕ ਹੈ ਜੀ, ਰੇਡੀਏਟਰ ਵੀ ਓਰੀਜਨਲ ਆ, ਮੋਬਲ ਕੈਪ ਵੀ ਇੱਥੇ ਦਿੱਤਾ ਜੀ ਕੰਪਨੀ ਨੇ, ਬਾਹਰੋਂ ਕਈ ਵਾਰੀ ਹੁੰਦਾ ਨਾ ਕੋਈ ਖੋਲ੍ਹ ਕਰ ਲੈਂਦਾ। ਹਾਂਜੀ, ਇਹ ਓਰੀਜਨਲ ਹੀ ਇੱਥੇ ਦਿੱਤਾ ਜੀ, ਬੋਨਟ ਖੁੱਲੂਗਾ, ਆਹ ਡੀਜ਼ਲ ਕੈਪ ਆ ਗਿਆ ਜੀ, ਏ ਸੀ ਦਾ ਰੇਟ ਇੰਗਲੈਂਡ ਓਰੀਜਨਲ, ਹੈ ਨਾ ਜੀ। ਇਹ ਟਰੈਕਟਰ ਜੀ ਸ਼ੁਰੂ ਪਹਿਲਾਂ ਇਹ ਮਲਟੀ ਪਾਵਰ ਵੀ ਸੀਗਾ, ਮਲਟੀ ਪਾਵਰ ਵੀ ਚੱਲਦਾ ਰਿਹਾ ਜੀ। ਅੱਛਾ ਜੀ, ਨਹੀਂ ਮਲਟੀ ਪਾਵਰ ਲੋਕਾਂ ਨੂੰ ਟਰੈਕਟਰਾਂ ਬਾਰੇ ਮੈਸੇਜ ਪਤਾ ਨਹੀਂ ਗਾ। ਹਾਂਜੀ ਹਾਂਜੀ, ਅਤੇ ਮਲਟੀ ਪਾਵਰ ਅਸੀਂ ਕਾਫੀ ਸਾਲ ਚਲਾਇਆ, ਉਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸੋਗੇ ਜੀ? ਉਹਦੇ ਵਿੱਚ ਜੀ ਇੱਕ ਹਾਈਡ੍ਰੋਲਿਕ ਸਿਸਟਮ ਹੁੰਦਾ ਇਹਦੇ ਗੇਅਰ ਬੋਕਸ ਦੇ ਵਿੱਚ, ਅਤੇ ਜਿਹੜੀ ਇਹਦੀ ਡਰਾਈਵ ਸ਼ਾਫਟ ਹੁੰਦੀ ਹੈ ਨਾ, ਉਹਦੇ ਤੋਂ ਚੇਂਜ ਹੋ ਜਾਂਦੀ ਹੈ ਹਾਈਡ੍ਰੋਲਿਕ ਪ੍ਰੈਸ਼ਰ ਨਾਲ, ਅਤੇ ਉਹਦੀ ਸਪੀਡ ਟਰੈਕਟਰ ਦੀ ਵੱਧ ਜਾਂਦੀ ਸੀ। ਅੱਛਾ ਜੀ, ਹਾਂਜੀ, ਉਸੇ ਗੇਅਰ 'ਚ ਉਨੀ ਰੇਸ ਦੇ ਵਿੱਚ ਉਹਨੇ ਚੱਲਣਾ, ਅਤੇ ਸਪੀਡ ਉਹਦੀ ਕਰੀਬ ਡੇਢੀ ਹੋ ਜਾਂਦੀ ਹੈ। ਠੀਕ ਹੈ ਜੀ, ਜਦੋਂ ਸਿਰੇ ਤੋਂ ਤੁਸੀਂ ਮੋੜਨਾ ਉਹਨੂੰ ਮਤਲਬ ਆਫ ਕਰ ਲਓਗੇ ਤਾਂ ਸਪੀਡ ਘੱਟ ਜਾਣੀ। ਹਾਂਜੀ ਹਾਂਜੀ, ਅਤੇ ਬਾਈ ਜੀ ਹੁਣ ਤਾਂ ਤੁਹਾਨੂੰ ਕਾਫੀ ਵੀਰ ਕਹਿੰਦੇ ਵੀ ਹੋਣੇ ਆ ਬਾਈ, ਕੋਈ ਟਰੈਕਟਰ ਵੇਚਣਾ ਤਾਂ ਦੇ ਦਿਓ ਸੇਲ ਕਰਨਾ ਤਾਂ, ਹੈ ਨਾ? ਬਹੁਤ ਮਤਲਬ ਕਿ ਪੁੱਛਦੇ ਮਤਲਬ ਐਡਵਾਂਸ, ਇਹ 20 ਸਾਲ ਹੋ ਗਏ ਕਹਿੰਦੇ ਟਰੈਕਟਰ ਵੇਚਣਾ। ਅੱਛਾ ਜੀ, ਇੰਨਾ ਟਾਈਮ ਵੇਟਿੰਗ ਦੇ ਵਿੱਚ ਹੀ ਆ ਪਏ। ਠੀਕ ਹੈ ਜੀ, ਅਤੇ ਇਹਦੇ ਅਲਟਰਨੇਟਰ ਹੀ ਆਉਂਦਾ ਸੀਗਾ ਜੀ? ਨਹੀਂ, ਇਹ ਡੈਨਮੋ ਆਉਂਦਾ ਸੀ, ਅੱਜ ਕੱਲ੍ਹ ਅਲਟਰਨੇਟਰ ਦਾ ਜ਼ਮਾਨਾ, ਹੁਣ ਤਕਰੀਬਨ ਹੀ ਲੋਕਾਂ ਨੇ ਅਲਟਰਨੇਟਰ ਲਾ ਲਏ। ਹਾਂਜੀ, ਓਰੀਜਨਲ ਡੈਨਮੋ ਉਤਾਰ ਕੇ ਰੱਖੇ ਹੋਏ ਆ। ਅਤੇ ਪੇਂਟ ਇਹਦਾ ਕੀਤਾ ਹੋਇਆ ਦੁਆਰਾ? ਪੇਂਟ ਹੋਇਆ ਵੀ ਸਾਰਾ, ਇੱਕ ਵਾਰ ਪੇਂਟ ਹੋਇਆ ਵੀ ਟੋਟਲੀ, ਇੰਜਨ ਤੋਂ ਟੋਟਲੀ? ਹਾਂਜੀ, ਇੰਜਨ ਤੋਂ ਹੋਇਆ। ਠੀਕ ਹੈ ਜੀ, ਠੀਕ ਹੈ। ਉਹ 62 ਮਾਡਲ ਹੈ ਜੀ। ਹਾਂਜੀ, ਅਤੇ ਤੁਸੀਂ ਹਿਸਾਬ ਲਾ ਲਓ 60 ਸਾਲ ਹੋ ਚੱਲੇ। ਬਿਲਕੁਲ ਜੀ, ਅਤੇ ਇਹਦੋਂ ਕੰਮ ਤਾਂ ਇਹਦੋਂ ਫਿਰ ਕਾਫੀ ਲਿਆਊਗਾ, ਕਿਉਂਕਿ ਕੰਮ ਇਹਦੋਂ ਬਹੁਤ ਲਿਆ ਜੀ, ਪਹਿਲਾਂ ਬਹੁਤ ਕੰਮ ਲਿਆ, ਹੁਣ ਜ਼ਮੀਨ ਠੇਕੇ 'ਤੇ ਦੇਣ ਲੱਗ ਪਏ, ਜਿਵੇਂ ਤਾਂ ਹੁਣ ਸ਼ੌਂਕ ਹੈ ਅਤੇ ਮਤਲਬ ਕਢਾਈ। ਠੀਕ ਹੈ ਜੀ, ਅਤੇ ਇਹਦੇ ਅੱਗੇ ਲਗਾਉਣ ਕਰਕੇ ਫਿਰ ਥੱਲੇ ਵੀ ਬੜਾ ਵਧੀਆ ਦਿੱਤਾ ਨਾ ਜੀ? ਹਾਂਜੀ ਹਾਂਜੀ, ਹੈਵੀ ਪੂਰਾ ਸਿਸਟਮ ਹੀ ਹੈਵੀ ਦਿੱਤਾ ਹੋਇਆ ਵਾ। ਅੱਗੇ ਫਰੰਟ 'ਤੇ ਲੋਡਰ ਲੱਗਦਾ ਜੀ, ਸਾਡੇ ਕੋਲ ਲੋਡਰ ਵੀ ਪਿਆ ਹੈ, ਓਰੀਜਨਲ ਮੈਸੀ ਦਾ ਜਿਹੜਾ ਫਰੰਟ ਲੋਡਰ ਹੁੰਦਾ ਨਾ। ਅੱਛਾ ਜੀ, ਵਿੱਚ ਬਕਟ 'ਤੇ ਆਉਂਦਾ। ਹਾਂਜੀ, ਖੇਤੀਬਾੜੀ ਜਿੰਨੀ ਹੋਣਾ। ਹਾਂਜੀ, ਅਤੇ ਇਸ ਤੋਂ ਅੱਗੇ ਆ ਗਿਆ ਆਪਣਾ ਇਹ 6600 ਫੁੱਟ, ਹੈ ਨਾ ਜੀ? ਇਹ ਤਾਂ ਓਰੀਜਨਲ ਪੇਂਟ 'ਚ ਲੱਗ ਰਿਹਾ ਹੈ ਨਾ ਜੀ? ਇਹ ਪੇਂਟ ਇਹਦਾ ਮੰਨ ਲਓ ਜੀ 90% ਓਰੀਜਨਲ ਹੀ ਹੈ ਜੀ, ਇਕੱਲੇ ਰਿਮ ਪੇਂਟ ਹੋਏ ਹੋਏ ਹੈ। ਹਾਂਜੀ, ਉਹ ਕੱਦੂ ਵਗੈਰਾ 'ਚ ਪਹਿਲਾਂ ਚਲਾਉਂਦੇ ਸੀਗੇ। ਹਾਂ ਹਾਂ, ਬਾਕੀ ਓਰੀਜਨਲ ਪੇਂਟ ਹੈ। ਠੀਕ ਹੈ ਜੀ, ਹਲਕੀ ਫੁਲਕੀ ਕਿਤੇ ਟਚਿੰਗ ਟੁਚਿੰਗ ਕੀਤੀ ਹੋਈ ਹੈ। ਹਾਂਜੀ, ਜਿੱਥੇ ਕਿਤੇ ਮਤਲਬ ਕਿ। ਅਤੇ ਪੰਪ ਇਹਨੂੰ ਓਰੀਜਨਲ ਹੀ ਲੱਗਾ ਹੋਇਆ ਜੀ? ਪੰਪ ਓਰੀਜਨਲ ਜੀ, ਇਹਦੇ ਵਿੱਚ ਪੰਪ ਆਉਂਦਾ ਸਿਮਸ ਦਾ, ਇਹ ਵੀ ਸੀ, ਇਹ ਵੀ ਦਾ ਇੱਕ ਮਤਲਬ ਕਿ ਕੰਪਨੀ ਦਾ ਪੰਪ ਹੈ। ਠੀਕ ਹੈ ਜੀ, ਮਿਨੀ ਮੈਕ ਇੱਥੇ ਲਗਭਗ ਸਾਲ ਅੱਗੇ ਪਿੱਛੇ ਹੋ ਸਕਦਾ, ਉੱਥੋਂ ਕੋਟੇ ਤੋਂ
ਇਸ ਤੋਂ ਪਹਿਲਾਂ ਸਾਡੇ ਕੋਲ ਮਤਲਬ 7-8 ਟਰੈਕਟਰ ਲਏ ਸੀ ਸੂਰਤਗੜ੍ਹ ਤੋਂ। ਤੁਸੀਂ ਯਾਨੀ ਕਿ ਮੇਰੇ ਹਿਸਾਬ ਨਾਲ 6600 ਟਰੈਕਟਰ, 7000 ਜਾਂ 4000 ਕਾਫੀ ਟਰੈਕਟਰ ਉਹ ਵੀ ਖਰੀਦੇ ਨਾ ਜੀ? ਪਹਿਲਾਂ ਲਾਡੋਵਾਲ ਤੋਂ ਲਏ ਸੀਗੇ ਜੀ ਆਪਸ਼ਨ 'ਚ। ਹਾਂਜੀ। ਉਸ ਤੋਂ ਬਾਅਦ ਸੂਰਤਗੜ੍ਹ ਤੋਂ ਲਏ ਸੀਗੇ ਜੀ ਆਪਸ਼ਨ 'ਚ। ਹਾਂਜੀ। ਫਿਰ ਇੱਕ 76-10 ਸੀਗਾ ਪੰਤਨਗਰ ਵਾਲਾ ਯੂਨੀਵਰਸਿਟੀ ਵਾਲਾ, ਉਹ ਵੀ ਆਇਆ ਸੀਗਾ ਆਪਣੇ ਕੋਲ। ਠੀਕ ਹੈ ਜੀ। ਇਹ 2 ਟਰੈਕਟਰ ਲਏ ਸੀ ਇਹ ਪੀਲੇ ਰੰਗ ਦੇ ਵਿੱਚ ਕੋਟੇ ਤੋਂ। ਠੀਕ ਹੈ। CAD ਡਿਪਾਰਟਮੈਂਟ ਹੈ, ਕਮਾਂਡ ਏਰੀਆ ਡਿਵੈਲਪਮੈਂਟ। ਠੀਕ ਹੈ ਜੀ। ਇਹ ਫਿਰ ਉਦੋਂ ਤੁਸੀਂ ਵਪਾਰ ਕਰਦੇ ਸੀ ਟਰੈਕਟਰਾਂ ਦਾ ਜਾਂ ਵੈਸੇ ਸ਼ੌਂਕ ਹੀ ਲੈ ਲਿਆ? ਸ਼ੌਂਕ ਹੀ ਸੀਗਾ ਜੀ, ਮਤਲਬ ਕਿ ਜਿਹੜਾ ਚੰਗਾ ਮਿਲ ਜਾਣਾ ਉਹ ਲੈ ਕੇ ਉਹਨੂੰ ਵਰਤ ਲੈਣਾ, ਜਿਹੜਾ ਪਹਿਲਾਂ ਵਾਲੇ ਸੀ ਉਹਨੂੰ ਡਿਸਪੋਜ਼ ਆਫ ਕੋਈ ਜਾਣ ਪਛਾਣ ਵਾਲਾ ਲੈ ਉਹਨੂੰ ਦੇ ਦੇਣਾ। ਹਾਂ ਵੀ ਜੋ ਜਿੰਨੇ ਦਾ ਖਰਚਾ ਜਿੰਨੇ 'ਚ ਪਿਆ ਹੁੰਦਾ ਸੀ ਉਹਨਾਂ ਦਾ ਵਿਕ ਜਾਂਦਾ ਸੀ, ਘਾਟਾ ਪੈਂਦਾ ਨਹੀਂ। ਠੀਕ ਹੈ, ਕੁਛ ਨਹੀਂ। ਠੀਕ ਹੈ ਵੀ ਸਾਰੇ ਟਰੈਕਟਰ ਇੰਝ ਹੀ ਰੱਖੇ ਵੀ ਜੋ ਜਿਹੜਾ ਆ ਗਿਆ ਚਲੋ ਲੈ ਲਓ ਅਤੇ ਫਿਰ ਲੈ ਲਓ। ਸ਼ੌਂਕ ਸੀਗਾ ਜੀ, ਹੁਣ ਵੀ ਕਈ ਵਾਰੀ ਲੈ ਲਈਦਾ, ਸਮਾਨ ਵੀ ਲੈ ਲਈਦਾ ਜੀ। ਹਾਂਜੀ। ਠੀਕ ਹੈ। ਇਸ ਟਰੈਕਟਰ ਦੇ ਰਿਮ ਐਡਜਸਟੇਬਲ ਹੈ, ਮਤਲਬ ਕੋਈ ਵੀ ਆਪਾਂ ਫਸਲ ਬੀਜਣੀ ਹੈ, ਕੋਈ ਕਮਾਦ ਦੀ ਹੈ ਜਾਂ ਸਰ੍ਹੋਂ ਦੀ ਫਸਲ ਹੈ ਜਾਂ ਜਿਹੜੀ ਮੈਂ ਲਾਈਨ ਹੈ, ਜੇ ਟਾਇਰ ਅੰਦਰ ਬਾਹਰ ਚੌੜਾ ਪੀੜਾ ਹੋ ਸਕਦਾ ਹੋ ਸਕਦਾ ਰਿਕੁਆਇਰਮੈਂਟ। ਇਹਦੇ ਹੋਊਗਾ ਵੀ ਵੇਟ ਵੀ ਕਾਫੀ ਹੋਊਗਾ ਇਹਨਾਂ ਦਾ, ਹੈ ਨਾ? ਇਹ ਰਿਮਾਂ ਦਾ ਕਾਫੀ ਵੇਟ ਹੈ ਜੀ ਇਹਦਾ, ਮਤਲਬ ਕਿ ਲਗਭਗ 1.5 ਕੁਇੰਟਲ ਤੋਂ ਪਲੱਸ ਵੇਟ ਹੋਊਗਾ। ਪਹਿਲਾਂ ਸਾਡੇ ਕੋਲ 185 ਮੇਸੀ ਸੀਗਾ ਜੀ ਹੋਰ। ਹਾਂਜੀ। ਉਹਦਾ ਜੀ ਇੱਕ ਰਿਮ ਦਾ ਵੇਟ ਸੀ 4.5 ਕੁਇੰਟਲ। 4.5 ਕੁਇੰਟਲ, ਕਿਆ ਬਾਤ ਹੈ ਜੀ। ਠੀਕ ਹੈ। ਤੇ ਇਹਦਾ ਵੀ ਵੇਟ ਕਾਫੀ ਲੱਗਦਾ, ਠੋਸ ਹੀ ਹੈਗਾ। ਕਨੋਪੀ ਵੀ ਮੈਸੀ ਤੋਂ ਹੀ ਆਈ ਹੈ ਜੀ। ਅੱਛਾ ਜੀ। ਤੇ ਮੈਸੀ ਦੀ ਸੇਫਟੀ ਬਾਰ ਉੱਪਰ ਲੱਗੀ ਹੋਈ ਹੈ। ਹਾਂਜੀ ਹਾਂਜੀ, ਉੱਪਰਲੇ ਟਰੈਕਟਰ ਦੇ ਓਰੀਜਨਲ ਲੱਗੀ ਹੋਈ ਹੈ। ਠੀਕ ਹੈ ਜੀ, ਠੀਕ ਹੈ, ਬਿਲਕੁਲ। ਜਿੰਨਾ ਵੀ ਸਮਾਨ ਟੋਟਲੀ ਓਰੀਜਨਲ ਹੀ ਰੱਖਿਆ ਹੋਇਆ ਹੈ ਨਾ ਜੀ ਸਭ ਟਰੈਕਟਰਾਂ ਦਾ? ਹਾਂਜੀ, ਆਲਮੋਸਟ ਓਰੀਜਨਲ, ਜਿਹੜੀ ਕੋਈ ਚੀਜ਼ ਨਹੀਂ ਡੈਮੇਜ ਹੋ ਜਾਂਦਾ ਪਾਰਟ। ਹਾਂਜੀ ਹਾਂਜੀ। ਤੇ ਗੱਲ ਇਹ ਆਈ ਜਿਵੇਂ 2 ਟਰੈਕਟਰ ਲਿਆਂਦੇ, ਜਿਹੜੀ ਇੱਕ ਚੀਜ਼ ਉਹਦੇ 'ਤੇ ਉਤਾਰ ਕੇ ਇਹਦੇ 'ਤੇ ਲਾ ਲਈ ਟਰੈਕਟਰ, ਅਸੀਂ ਲਿਆਉਣ ਦਾ ਕਾਰਨ ਹੀ ਇਹ ਸੀਗਾ ਵੀ 2 ਇੱਕ ਤਿਆਰ ਕਰ ਲਏ, ਇੱਕ ਪੈਸੇ ਪੂਰੇ ਕਰਕੇ ਬੱਚੀ। ਠੀਕ ਹੈ, ਠੀਕ ਹੈ, ਸਹੀ ਹੈ ਜੀ, ਸਹੀ ਹੈ ਵੀ ਉਹਨਾਂ ਨਾਲ ਉਹ 2 ਟਰੈਕਟਰ ਲਿਆਉਣਾ, ਸਮਾਨ ਓਰੀਜਨਲ ਮਿਲ ਜਾਂਦਾ ਸੀ ਇੱਕ ਦਾ ਪੂਰਾ, ਹੈ ਨਾ ਜੀ? ਹਾਊਸ ਪਾਈਪ ਤੱਕ ਵੀ ਓਰੀਜਨਲ ਹੈ। ਅੱਛਾ ਜੀ। ਹਜੇ ਵੀ ਆ ਦੇਖੋ ਜੀ, ਨਰਮ ਪਏ ਆ ਬਿਲਕੁਲ, ਆਹ ਕਲੈਂਪ ਵਗੈਰਾ ਸਭ ਓਰੀਜਨਲ ਲੱਗੇ, ਐਵੇਂ ਫੋਰ ਚੈਮੀ ਸਾਰੇ। ਹਾਂਜੀ, ਠੀਕ ਹੈ ਜੀ। ਤੇ ਇਹ ਬੈਟਰੀਆਂ ਉਤਾਰਨ ਦਾ ਕਾਰਨ ਇਹ ਹੈ ਕਿਉਂਕਿ ਹੁਣ ਆਪਾਂ ਫਿਰ ਖੇਤੀ ਨਹੀਂ ਕਰਦੇ, ਯੂਜ਼ ਨਹੀਂ ਕਰਦੇ ਜੀ ਐਵੇਂ ਇਲੈਕਟ੍ਰੀਕਲ 'ਚ, ਕੋਈ ਐਵੇਂ ਮਤਲਬ ਕਿ ਕੋਈ ਤਾਰ ਵਗੈਰਾ ਸ਼ੋਰਟ ਹੋ ਜਾਏ, ਕਿਉਂਕਿ ਪੁਰਾਣੇ ਟਰੈਕਟਰ ਦੀ ਇਹਨਾਂ 'ਚ ਫਿਊਜ਼ ਸਿਸਟਮ ਵੀ ਹੈ ਨਹੀਂ ਸੀ। ਅੱਛਾ, ਇਲੈਕਟ੍ਰੀ ਹੁੰਦੇ ਸੀਗੇ। ਹਾਂਜੀ। ਅਤੇ ਬਾਕੀ ਲੋਡ ਨਹੀਂ ਪੈਂਦੀ, ਬੈਟਰੀ ਈਜ਼ੀਲੀ ਰੱਖ ਲਈਦੀ, ਉਹ ਕਰੇ ਹੋਰ ਕੰਮ 'ਤੇ ਯੂਜ਼ ਕਰੀ, ਜਨਰੇਟਰ 'ਤੇ ਲੱਗੀ ਹੈ, ਟਰੈਕਟਰ 'ਚ ਲੱਗੀ ਹੈ। ਹਾਂਜੀ ਹਾਂਜੀ। ਬੈਟਰੀ ਦਾ ਹਾਰਡ ਐਲੀਮੈਂਟ 10 ਲੱਗਦੇ ਜੀ ਉਤਾਰਨ 'ਤੇ। ਬਿਲਕੁਲ ਜੀ, ਬਿਲਕੁਲ। ਅਤੇ ਧੰਨਵਾਦ ਜੀ।